ਚਲੋ ਉੱਪਰ ਖੜਾ ਦੇਖੋ ਜੀ, ਮੇਲਾ 9ਵੀਂ 10ਵੀਂ ਦਾ ਜਿਹੜਾ ਕਿ ਪਵਿੱਤਰ ਇਸ਼ਨਾਨ, ਇਸ ਪਵਿੱਤਰ ਸਰੋਵਰ 'ਚ ਅਸੀਂ ਹਿੰਦੂ ਸਿੱਖ ਭਾਈਚਾਰੇ ਦੇ ਮੁਤਾਬਕ ਅਸੀਂ ਹਜ਼ਾਰਾਂ ਸਾਲਾਂ ਤੋਂ ਜਿਹੜਾ ਇਹ ਮੇਲਾ ਚੱਲਿਆ ਆ ਰਿਹਾ, ਇਸ਼ਨਾਨ ਕਰਦੇ ਹਾਂ। ਦੋ ਦਿਨ ਪਹਿਲਾਂ ਕਿਸੇ ਸ਼ਰਾਰਤੀ ਅੰਸਰ ਨੇ ਕੋਈ ਪੁਆਇਜ਼ਨ ਨਾਂ ਦੀ ਕੋਈ ਚੀਜ਼ ਪਾ ਦਿੱਤੀ, ਜਿਹਦੇ ਕਰਕੇ ਦੋ ਦਿਨ ਜਿੰਨੀ ਸਰੋਵਰ ਦੇ ਵਿੱਚ ਮੱਛਲੀ ਸੀ ਉਹ ਮਰ ਗਈ। ਅਜੇ ਉਸ ਜਾਂਚ ਨੂੰ ਲੱਗੇ ਸਾਰੇ ਡੀ ਸਾਹਿਬ ਲੱਗੇ, ਸਾਰੀ ਕਮੇਟੀ ਲੱਗੀ ਹੈ। ਅੱਜ ਇੱਕ 11 ਵਜੇ ਇੱਕ ਵਾਰਦਾਤ ਹੋ ਗਈ, ਜਿਹਦੇ ਵਿੱਚ ਨਿਹੰਗ ਸਿੰਘਾਂ ਨੇ ਇੱਕ ਘੋੜਾ ਪਵਿੱਤਰ ਸਰੋਵਰ ਦੇ ਵਿੱਚ, ਜਿੱਥੇ ਕਿ ਲੋਕਾਂ ਨੇ ਇਸ਼ਨਾਨ ਕਰਨਾ ਸੀ, ਉਹਦੇ ਵਿੱਚ ਨਵਾਉਣਾ ਸ਼ੁਰੂ ਕਰਤਾ। ਅਸੀਂ ਉਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਹੈ, ਲੇਕਿਨ ਉਹ ਜ਼ਬਰਦਸਤੀ ਗੱਲ ਪੈਂਦੇ ਸਨ। 9ਵੀਂ 10ਵੀਂ ਦੇ ਮੇਲੇ 'ਤੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਪ੍ਰੈਸ ਨੂੰ, ਕਿ ਕਿਸੇ ਤਰ੍ਹਾਂ ਦਾ ਪੁਲਿਸ ਦਾ ਕੋਈ ਪ੍ਰਬੰਧ ਨਹੀਂ ਸੀ। ਡੀਸੀ ਸਾਹਿਬ ਨੇ ਜਿੰਨਾ ਆਪਣਾ ਜ਼ੋਰ ਲਾਇਆ ਸੀ ਉਹਨਾਂ ਨੂੰ ਬਹੁਤ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ, ਲੇਕਿਨ ਡੀਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਵੀ ਉਹ SSP ਸਾਹਿਬ ਨੂੰ ਕਿਹਾ ਗਿਆ ਬਈ ਆਪਣੇ ਨਾਗਲੇ ਦਾ ਇੱਥੇ ਪ੍ਰਬੰਧ ਕੀਤੇ ਜਾਣ, ਜਿਨ੍ਹਾਂ ਨੇ ਘੋੜਾ ਨਿਭਾਇਆ, ਪਵਿੱਤਰਤਾ ਭੰਗ ਕੀਤੀ ਹੈ, ਬੇਅਦਬੀ ਕੀਤੀ ਹੈ, ਉਹਨਾਂ ਦੇ FIR ਕੱਟੀ ਜਾਣ। ਲੇਕਿਨ ਕੁਛ ਮੋਹਤਬਰ ਬੰਦਿਆਂ ਨੇ, ਬਾਬਾ ਜੀ ਨੇ ਉੱਥੋਂ ਡੇਰੇ ਤੋਂ ਉੱਪਰੋਂ ਬੰਦੇ ਭੇਜੇ ਸਨ, ਉਹਨਾਂ ਨੇ ਇੱਥੇ ਆ ਕੇ ਗੁਰੂ ਘਰ ਆ ਕੇ ਮਾਫ਼ੀ ਮੰਗ ਲਈ ਕਿ ਸਾਡੇ ਬੰਦੇ ਕੋਲ ਗਲਤੀ ਹੋਈ ਹੈ, ਅਤੇ ਅਸੀਂ ਉਸ ਗੱਲ ਨੂੰ ਅਹਿਸਾਸ ਕਰਕੇ ਉਹ ਗੱਲ ਨੂੰ ਛੱਡਤਾ। ਲੇਕਿਨ ਮੇਲਾ ਜਿਹੜਾ ਉਹ ਪੂਰਨਤਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਗੱਲ ਦਾ ਜਿਹੜਾ ਵਾ ਇਨਕੁਆਇਰੀ ਹੋਣੀ ਚਾਹੀਦੀ ਵੀ ਇਹ ਮੱਛੀਆਂ ਕਿਉਂ ਮਰੀਆਂ ਨੇ, ਇਹ ਘੋੜਿਆਂ ਨੂੰ ਵਿੱਚ ਕਿਉਂ ਪਾਇਆ ਗਿਆ, ਇੱਕ ਲੜਾਈ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਿੰਦੂ ਸਿੱਖ ਦੇ ਵਿੱਚ। ਇਸ ਗੱਲ ਦੀ ਬੇਨਤੀ ਅਸੀਂ ਡੀ ਸਾਹਿਬ ਨੂੰ ਕਰ ਰਹੇ ਹਾਂ, ਕਿਉਂਕਿ SSP ਨਾਂ ਦੀ ਇੱਥੇ ਕੋਈ ਚੀਜ਼ ਮੈਂ ਇੱਥੇ ਵੇਖੀ ਨਹੀਂ, ਨਾ ਕੋਈ DSP ਆਇਆ ਇੱਥੇ, ਨਾ ਕੋਈ SHO ਇਕੱਲਾ ਹੀ ਰੰਗਣ ਨੰਗਣ ਲੱਗਾ ਰਿਹਾ 8-10 ਬੰਦਿਆਂ ਨਾਲ। ਔਰ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ ਸ਼ਰਾਰਤ ਹੋਣੀ ਹੈ। ਅਸੀਂ 3-4 ਘੰਟੇ ਪਹਿਲਾਂ SSP ਸਾਹਿਬ ਨੇ ਮੇਰਾ ਫੋਨ ਨਹੀਂ ਚੁੱਕਿਆ, DSP ਸਾਹਿਬ ਨੂੰ ਦੱਸਿਆ, ਔਰ ਉਹਨਾਂ ਨੇ ਪੂਰਾ ਐਕਸ਼ਨ ਲਿੱਤਾ, ਲੇਕਿਨ ਉਸ ਐਕਸ਼ਨ ਦਾ ਵੀ ਪੇਸ ਸਮਝ।